ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਔਰ ਮੇਰੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਸਿੱਖ ਆਗੂ ਤਜਿੰਦਰਪਾਲ ਸਿੰਘ ਟਿੰਮਾ ਮੌਜੂਦ ਨੇ, ਜਿਨ੍ਹਾਂ ਨੇ 3 ਵਾਰ NSA ਕੱਟੀ ਹੈ, 2 ਵਾਰ ਉਹਨਾਂ ਨੇ 2-2 ਸਾਲ NSA ਜਿਹੜੀ ਹੈ ਉਹ ਕੱਟੀ ਹੈ, 1 ਵਾਰ 1 ਸਾਲ ਉਹਨਾਂ ਨੇ NSA ਦੇ ਤਹਿਤ ਜਿਹੜੀ ਹੈ ਆਪਣੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਿਤਾਈ ਹੈ। ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਦੇ ਨਾਲ ਇਹ ਸੰਬੰਧਿਤ ਨੇ ਤੇ ਹੁਣ ਤਜਿੰਦਰਪਾਲ ਸਿੰਘ ਟਿੰਮਾ ਦੇ ਉੱਤੇ ਜਿਹੜੇ ਭਾਰਤ ਦੇ ਵਿੱਚ ਨਵੇਂ ਕਾਨੂੰਨ ਤਬਦੀਲ ਕੀਤੇ ਗਏ, ਬਦਲੇ ਗਏ, ਸੋਧ ਕੀਤੀ ਗਈ ਹੈ, ਉਸ ਤਹਿਤ ਇੱਕ ਵਾਰ ਫਿਰ ਇਹਨਾਂ ਦੇ ਉੱਤੇ NSA ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਕਤ ਪ੍ਰਮੁੱਖ ਖਬਰਾਂ ਦੇ ਵਿੱਚ ਇਹ ਖਬਰ ਹੈ ਕਿ ਤਜਿੰਦਰਪਾਲ ਸਿੰਘ ਟਿੰਮਾ ਜਿਹੜੇ ਨੇ ਇਹਨਾਂ ਨੂੰ ਇੱਕ ਵਾਰ ਫਿਰ ਸਰਕਾਰ ਬੰਨਣਾ ਚਾਹੁੰਦੀ ਹੈ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਟਿੰਮਾ ਜੀ ਦਾ ਤੇ ਫਿਰ ਜਾਣਦੇ ਹਾਂ ਕਿ ਇਹ ਸਾਰਾ ਮਾਮਲਾ ਕੀ ਹੈ ਕਿ ਇਹਨਾਂ ਨੂੰ ਇੱਕ ਵਾਰ ਫਿਰ ਕਿਉਂ ਘੇਰੇ ਦੇ ਵਿੱਚ ਲਿਆ ਜਾ ਰਿਹਾ। ਸਤਿ ਸ੍ਰੀ ਅਕਾਲ ਟਿੰਮਾ ਜੀ, ਸਵਾਗਤ ਹੈ ਤੁਹਾਡਾ ਵਨ ਇੰਡੀਆ ਪੰਜਾਬੀ ਤੇ। ਰਾਜਸਥਾਨ ਦੇ ਵਿੱਚ ਮੈਂ ਸ਼ੁਰੂ ਤੋਂ ਹੀ ਆ, ਜਦੋਂ ਹੱਕ ਸੱਚ ਦੀ ਗੱਲ ਹੋਵੇ, ਕੌਮੀ ਹਿੱਤਾਂ ਦੀ ਗੱਲ ਹੋਵੇ, ਧਰਮ ਦੀ ਆਜ਼ਾਦੀ ਦੀ ਗੱਲ ਹੋਵੇ ਤੇ ਬੜਾ ਮੁੱਖ ਰੋ ਕੇ ਅਸੀਂ ਆਪਣਾ ਰੋਲ ਪਲੇ ਕਰਦੇ ਹਾਂ ਜੀ। ਪਹਿਲੀ ਵਾਰੀ ਆਪਰੇਸ਼ਨ ਬਲੂ ਸਟਾਰ ਹੋਇਆ ਸੀਗਾ, ਉਦੋਂ ਮੈਂ ਉੱਥੇ ਗ੍ਰਿਫ਼ਤਾਰ ਹੋਇਆ ਸੀ ਦਰਬਾਰ ਸਾਹਿਬ ਜੀ, ਉਦੋਂ ਵੀ ਉਹਨਾਂ ਨੇ 2 ਵਾਰੀ ਮੇਰੇ ਤੇ NSA ਲਾਈ ਜੀ। ਉਸ ਤੋਂ ਬਾਅਦ ਮੈਂ 89 ਚ ਰਿਲੀਜ਼ ਹੋਇਆ ਤੇ ਉਸ ਤੋਂ ਬਾਅਦ 92 ਚ ਦੁਬਾਰਾ ਫਿਰ ਮੇਰੇ ਤੇ ਰਾਜਸਥਾਨ ਸਰਕਾਰ ਨੇ NSA ਲਾਈ, ਜਿਹੜੀ ਛੇਤੀ ਟੁੱਟ ਗਈ ਸੀ, ਐਡਵਾਈਜ਼ਰੀ ਬੋਰਡ ਨੇ ਤੋੜਤੀ ਸੀਗੀ ਜੀ। ਨੇ ਕੋਈ ਉਧਾਰ ਨੀ ਸੀਗਾ, ਬਸ ਕੀ ਹੈ ਜੋ ਪਹਿਲਾਂ ਜੋ ਪੋਲਿਸੀ ਪਹਿਲਾਂ ਕਾਂਗਰਸ ਦੀ ਸੀ ਉਹ ਪੋਲਿਸੀ BJP ਦੀ ਹੈ, ਸਿੱਖਾਂ ਹਿੱਸੇ ਦਾ ਦੋਵੇਂ ਜਮਾਤ ਇੱਕੋ ਜਿਹੀ ਹੈਗੀ ਹੈ। ਪਰ ਹੁਣ ਟਿੰਮਾ ਜੀ ਕੀ ਹੋਇਆ ਕਿ ਮਤਲਬ NSA ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ? ਮੈਂ ਜਦੋਂ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਵੀ ਦੇਖ ਰਿਹਾ ਸੀਗਾ ਤੇ ਉਹ ਤੋਂ ਪਤਾ ਲੱਗਾ ਕਿ ਤੁਸੀਂ ਕੁਝ ਥਾਣੇ ਦੇ ਵਿੱਚ ਵੀ ਕੁਝ ਸਮਰਥਕਾਂ ਦੇ ਨਾਲ ਕੁਝ ਕੋਈ ਗੱਲਬਾਤ ਹੋਈ। ਥਾਣੇ ਚ ਨੀ ਜੀ, ਉਹ ਕੀ ਹੈ ਵੀ ਜਿਹੜੀ BJP ਹੈ, BJP ਦੀ ਨੀਤੀਆਂ ਸ਼ੁਰੂ ਤੋਂ ਹੀ ਜਿਹੜੀਆਂ ਇਹ ਸਿੱਖ ਵਿਰੋਧੀ ਰਹੀਆਂ ਜੀ। ਇਹ ਸਿੱਖ ਨੂੰ ਕੌਮ ਨੂੰ ਸਿਧਾਂਤਕ ਤੌਰ ਤੇ ਮਾਰਨਾ ਚਾਹੁੰਦੀ ਹੈ। ਇਹਨਾਂ ਨੇ ਵੇਖ ਲਿਆ ਵੀ ਅਸੀਂ ਤਾਂ ਟੈਂਕ ਚਲਾ ਕੇ ਵੇਖ ਲਈਏ, ਤੋਪਾਂ ਚਲਾ ਕੇ ਵੇਖ ਲਈਏ, ਗੋਲੀਆਂ ਚਲਾ ਕੇ ਵੇਖ ਲਈਏ, ਕੌਮ ਨੀ ਮਰੀ, ਇਹਨੂੰ ਸਿਧਾਂਤ ਪੱਖੋਂ ਮਾਰੋ। ਹੁਣ ਜਦੋਂ ਸਿਧਾਂਤਾਂ ਤੇ ਚੋਟ ਵੱਜੀ ਤੇ ਸਿੱਖ ਫਿਰ ਮੁਕਰ ਹੋਏ, ਅਸੀਂ ਵੀ ਇਸ ਗੱਲ ਦਾ ਵਿਰੋਧ ਕੀਤਾ ਵੀ ਨਹੀਂ, ਸਿਧਾਂਤਾਂ ਤੇ ਸੱਟ ਕਦੀ ਬਰਦਾਸ਼ਤ ਕੀਤੀ ਜਾਊਗੀ। ਰਾਜਸਥਾਨ ਚ ਜਦੋਂ BJP ਦੇ ਇਲੈਕਸ਼ਨ ਸੀਗੇ ਇਸ ਵਾਰੀ ਵਿਧਾਨ ਸਭਾ ਦੇ, ਤੇ ਇਹਨਾਂ ਦੀ ਮਨਸ਼ਾ ਬੜੀ ਕਲੀਅਰ ਹੋ ਗਈ ਸੀ, ਜਦੋਂ ਇਹਨਾਂ ਨੇ 11 ਦੇ ਸਟੇਜ ਤੋਂ ਕਿਹਾ ਸੀਗਾ ਕਿ ਜਿਹੜੇ ਗੁਰਦੁਆਰੇ ਤੇ ਮਸਜਿਦ ਹੈ ਨਸੂਰ ਬਣ ਚੁੱਕੇ ਆ, ਤੇ ਸਾਡੀ ਸਰਕਾਰ ਬਣੀ ਅਸੀਂ ਟੈਟਰੀ ਕਰ ਦਾਂਗੇ। ਬਾਅਦ ਚੋਂ ਮਾਫੀ ਮੰਗ ਲਈ ਸੀ ਮੇਰਾ ਖਿਆਲ ਉਸ ਕੇਸ ਚ। ਉਸ ਕੇਸ ਚ ਸੰਦੀਪ ਦਾਇਮਾ ਬੋਲਿਆ, ਸੰਦੀਪ ਦਾਇਮਾ ਤੇ ਮਾਫੀ ਮੰਗੀ, ਪਰ ਤੁਸੀਂ ਵੀਡੀਓ ਅੱਜ ਵੀ ਸੋਸ਼ਲ ਮੀਡੀਆ ਤੇ ਪਈ ਹੈ, ਉਸ ਵੀਡੀਓ ਵਿੱਚ ਯੋਗੀ ਆਦਿੱਤਿਆਨਾਥ ਤੇ ਬਾਬਾ ਬਾਲਾ ਤਾੜੀਆਂ ਮਾਰ ਰਹੇ ਹੈ ਜੀ। ਇਹ ਨਾ ਬੜਾ ਬੜਾ ਦੁਖਦਾਈ ਸੀਗਾ ਵੀ ਇਸ ਵੱਡੇ ਸਤਰ ਦੇ ਲੀਡਰ ਹੈ, ਇੱਕ ਕੌਮ ਨੂੰ ਨਿਸ਼ਤੋ ਨਬੂਦ ਮਨਸੂਰ ਕਿਹਾ ਜਾ ਰਿਹਾ, ਨਿਸ਼ਤੋ ਕਰਨ ਧਮਕੀਆਂ ਦਿੱਤੀ ਜਾ ਰਹੀਆਂ, ਇਹ ਆਗੂ ਤਾੜੀਆਂ ਮਾਰ ਰਿਹਾ, ਇੱਥੋਂ ਇਹਨਾਂ ਲੋਕਾਂ ਦੀ ਸੋਚ, ਇਹਨਾਂ ਲੋਕਾਂ ਦਾ ਕਿਰਦਾਰ ਸ਼ੋ ਹੁੰਦਾ ਵੀ ਕਿਸ ਕਿਰਦਾਰ ਦੇ ਇਹ ਬੰਦੇ ਆ ਜੀ। ਉਤੋਂ ਦੀ ਸਾਡੀ ਲੜਕ ਸਟਾਰਟ ਹੋਈ, ਅਸੀਂ ਇਹਨਾਂ ਦਾ ਵਿਰੋਧ ਸ਼ੁਰੂ ਕੀਤਾ, ਸਾਨੂੰ ਪਤਾ ਲੱਗਿਆ ਵੀ ਇਹ ਖੁਦ ਹੀ ਕਹੀ ਜਾਂਦੇ ਆ। ਅਸੀਂ ਵਿਰੋਧ ਸ਼ੁਰੂ ਕੀਤਾ ਤੇ ਸਾਡੇ ਸਿੱਖ ਹਲਕਿਆਂ ਚ ਗੰਗਾਨਗਰ ਹਰਮਾਨਗੜ ਚ 11 ਵਿੱਚੋਂ 9 ਸੀਟਾਂ ਜਿਹੜੀ ਹੈ BJP ਹਾਰ ਗਈ। ਅੱਛਾ ਜੀ, ਇਹਨਾਂ ਨੂੰ ਬੜੀ ਵੱਡੀ ਚੋਟ ਸੀਗੀ ਵੀ ਸਾਡਾ ਏਡਾ ਜਲਵਾ, ਸਾਡਾ ਮੋਦੀ ਫੈਕਟਰ ਸਭ ਕੁਛ ਆ, ਪਰ ਇੱਥੇ ਤਾਂ ਸਾਨੂੰ ਕਿਸੇ ਨੇ ਚੋਗਾ ਪਾਇਆ ਹੀ ਨਹੀਂ ਗਾ। ਉਸ ਉਪਰੰਤ ਦੂਜਾ ਚੋਣ ਆਈ ਉਹਦੀ ਆਪਣੀ ਲੋਕ ਸਭਾ ਦੀ ਜੀ। ਲੋਕ ਸਭਾ ਇਲੈਕਸ਼ਨ ਵਿੱਚ ਇਹਨਾਂ ਨੇ ਫਿਰ ਇੱਕ ਤੁਗਲਕੀ ਫਰਮਾਨ ਜਾਰੀ ਕੀਤਾ ਵੀ ਹਰ ਸਿੱਖ ਕਿਰਪਾਨ ਉਤਾਰ ਕੇ ਵੋਟ ਪਾਊਗਾ ਜੀ। ਸਿੱਖਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ।
ਸਾਡੀ ਫਿਰ ਟਸਲ ਹੋਈ, ਅਸੀਂ ਫਿਰ ਗੰਗਾਨਗਰ ਚੱਲ ਕੇ ਗਏ ਉੱਥੇ, ਉੱਥੇ ਜਾ ਕੇ ਅਸੀਂ ਇਹਦਾ ਵਿਰੋਧ ਕੀਤਾ, 2-2.5 ਘੰਟੇ ਪੋਲਿੰਗ ਬੰਦ ਰੱਖੀ ਤੇ ਫਿਰ ਪ੍ਰਸ਼ਾਸਨ ਨੇ ਚਲੋ ਸੋਰੀ ਫੀਲ ਕੀਤਾ ਤੇ ਦੁਬਾਰਾ ਪੋਲਿੰਗ ਸਟਾਰਟ ਹੋਈ। ਤੀਜੇ ਹੁਣ ਆ ਗਿਆ ਜਦੋਂ RTS ਦੇ ਇਗਜ਼ਾਮ ਸੀਗੇ, ਇਹਨਾਂ ਨੇ ਫਿਰ ਸਿੱਖ ਬੱਚੇ ਬੱਚਿਆਂ ਨੇ ਇੱਕ ਕਾਰ ਕਿਰਪਾਨਾ ਉਤਾਰਨੀ ਸ਼ੁਰੂ ਕਰਤੀ ਵੋਟ ਤੇ, ਜੀ ਤੁਹਾਨੂੰ ਇਗਜ਼ਾਮ ਨਹੀਂ ਦੇਣ ਦਾਂਗੇ, ਜਦਕਿ ਸਾਡੇ ਕੋਲ ਹਾਈ ਕੋਰਟ ਦੀ ਰੂਲਿੰਗ ਹੈ, ਸਾਡੇ ਕੋਲ ਸਟੇਟ ਗੌਰਮੈਂਟ ਦੀ ਕਾਪੀ ਆਰਡਰ ਦੀ ਕਾਪੀ ਹੈ, ਨਹੀਂ ਉਤਾਰ ਸਕਦੇ, ਇਹਦੇ ਬਾਵਜੂਦ ਧੱਕਾ ਕਰਦੇ ਪਏ ਆ। ਇਹਦਾ ਵਿਰੋਧ ਇਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਇਹ ਲੋਕ ਜਿਹੜੇ ਜਾਣ ਬੁਝਾਲ ਵਿਰੋਧ ਕਰ ਰਹੇ, ਅਸੀਂ ਕਰ ਰਹੇ ਹਾਂ ਸਿਧਾਂਤਕ ਲੜਾਈ, ਤੁਸੀਂ ਅਸੀਂ ਕਾਨੂੰਨੀ ਗੱਲ ਕਰ ਰਹੇ, ਸੰਵਿਧਾਨ ਦੀ ਗੱਲ ਕਰ ਰਹੇ ਹਾਂ, ਜੇ ਸਾਨੂੰ ਸੰਵਿਧਾਨ ਅਧਿਕਾਰ ਦੇ ਰਿਹਾ ਤੇ ਤੁਸੀਂ ਫਿਰ ਕਿਤੇ ਲਾ ਸਕਦੇ ਹੋ। ਇਹ ਸਾਡੀ ਲੜਾਈ ਸੀ, ਪ੍ਰੋਟੈਸਟ ਹੋਇਆ ਬੜੀ ਵੱਡੇ ਸਤਰ ਤੇ ਰਾਜਸਥਾਨ ਚ, ਇਹ ਸਿੱਖਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਬੀਜੇਪੀ ਦਾ, ਇਹ ਤਾਂ ਵੈਸੇ ਹੀ ਇਹ ਮੱਚੇ ਸੜੇ ਬੈਠੇ ਸੀਗੇ, ਇਹ ਮੌਕਾ ਲੱਭ ਰਹੇ ਸੀਗੇ। ਹੁਣ ਜਦੋਂ ਅੰਮ੍ਰਿਤਪਾਲ ਦਾ ਮੈਟਰ ਚੱਲਿਆ ਤੇ ਤੁਹਾਨੂੰ ਧਿਆਨ ਹੋਊਗਾ ਲੋਕ ਸਭਾ ਚ ਇੱਕ ਬੀਜੇਪੀ ਸਾਂਸਦ ਨੇ ਜੈ ਹਿੰਦੂ ਰਾਸ਼ਟਰ ਦਾ ਨਾਰਾ ਮਾਰਿਆ ਸੀਗਾ। ਭਾਰਤ ਇੱਕ ਧਰਮ ਨਿਰਪੇਖ ਦੇਸ਼ ਹੈ, ਬਿਲਕੁਲ ਠੀਕ ਹੈ, ਇੱਥੇ ਹਿੰਦੂ ਰਾਸ਼ਟਰ ਦਾ ਕਿਸੇ ਰਾਸ਼ਟਰ ਦਾ ਕੋਈ ਅਸਤਿਤਵ ਨਹੀਂ ਹੈਗਾ ਜੀ, ਤੇ ਪਰ ਉਸ ਨਾਰੇ ਤੇ ਬੀਜੇਪੀ ਵੱਲੋਂ ਤਾੜੀਆਂ ਮਾਰਨੀਆਂ ਤੇ ਮੇਰੇ ਜੀ ਥਪਥ ਪਾਉਣੇ ਜਨਕ ਸੀਗਾ ਜੀ। ਹੁਣ ਵਾਰੀ ਹੈਗੀ ਅੰਮ੍ਰਿਤਪਾਲ ਦੀ, ਅੰਮ੍ਰਿਤਪਾਲ ਨੇ ਸਹੁੰ ਚੱਕਣੀ ਸੀਗੀ ਤੇ ਮੈਂ ਫਿਰ ਇੱਕ ਪੋਸਟ ਪਾਈ ਸੀਗੀ ਕਿ ਇਹਨਾਂ ਨੇ ਹਿੰਦੂ ਰਾਜ ਤਾੜੀਆਂ ਮਾਰ ਲਈਆਂ, ਹੁਣ ਵਾਰੀ ਅੰਮ੍ਰਿਤਪਾਲ ਦੀ। ਅੰਮ੍ਰਿਤਪਾਲ ਦੇ ਸਹੁੰ ਚੱਕਣ ਤੋਂ ਪਹਿਲਾਂ ਹੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਇੱਕ ਨਵਾਂ ਨਿਯਮ ਜਾਰੀ ਕਰਤਾ ਵੀ ਕੋਈ ਵੀ ਸਾਂਸਦ ਹੈ ਸਹੁੰ ਚੱਕਣ ਤੋਂ ਬਾਅਦ ਕੋਈ ਨਾਰਾ ਨਹੀਂ ਮਾਰੂਗਾ। 398 ਕੋਈ ਨਵੀਂ ਧਾਰਾ ਲਾ ਕੇ ਉਹਦੇ ਤਹਿਤ ਕੀਤਾ ਸੀਗਾ, ਜਦਕਿ 544 MP ਦਾ ਸਹੁੰ ਚੱਕ ਚੁੱਕੇ ਸੀਗੇ। ਬਿਲਕੁਲ, 544 ਤੇ ਕੋਈ ਨਿਯਮ ਲਾਗੂ ਨੀ, 2 ਸਾਂਸਦ ਨਿਯਮ ਲਾਗੂ ਕੀਤਾ ਗਿਆ ਵਿਸ਼ੇਸ਼ਕਰ ਅੰਮ੍ਰਿਤਪਾਲ ਤੇ, ਕਿਉਂਕਿ ਇਹਨਾਂ ਨੂੰ ਉਹਦੀ ਮਾਨਸਿਕਤਾ ਪਤਾ ਸੀਗਾ ਵੀ ਉਹ ਬੰਦਾ ਹਿੰਦੂ ਰਾਸ਼ਟਰ ਦੇ ਰਿਐਕਸ਼ਨ ਵਿੱਚ ਖਾਲਿਸਤਾਨ ਦੀ ਗੱਲ ਕਰੂਗਾ ਜੀ। ਫਿਰ ਮੈਂ ਗੱਲ ਕਿ ਵੀ ਜੇ ਤੁਸੀਂ ਨਿਯਮ ਬਣਾਏ ਆ ਲੁਕਾ ਕੇ ਸਹੁੰ ਚੁਕਾਈ ਆ, ਕੋਈ ਵੀਡੀਓ ਨੀ ਕੁਛ ਨੀ, ਸਾਹਮਣੇ ਆਉਂਦਾ ਫੋਟੋ ਆਉਣ ਦਿੱਤੀ ਉਹ ਬੰਦੇ ਦੀ, ਤੁਸੀਂ ਜੇ ਇੰਨੇ ਖੌਫ ਜਿਹਾ ਸੀਗੇ ਫਿਰ ਤੁਸੀਂ ਪਾਰਲੀਮੈਂਟ ਦੇ ਪੰਗੇ ਲੈਣੇ ਕਿਉਂ, ਤੁਸੀਂ ਕਿਉਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋ ਜੇ ਤੁਹਾਨੂੰ ਪਤਾ ਵੀ ਹਰ ਬੰਦਾ ਜਵਾਬ ਦੇਣਾ ਜਾਣਦਾ ਹੈ। ਸਿੰਪਲ ਇੰਨੀ ਵੀਡੀਓ ਸੀ ਬਸ, ਉਹ ਮੇਰੇ ਅੱਜ ਵੀ ਫੇਸਬੁੱਕ ਤੇ ਪਈ ਹੈ ਜੀ। ਤੇ ਉਹਦਾ ਕੀ ਹੈ ਵੀ ਹੁਣ ਇਹ ਮੌਕਾ ਭਾਲਦੇ ਸੀ, ਹੁਣ ਕੇਸ ਮੇਰੇ ਕੋਈ ਬਣ ਨਹੀਂ ਰਿਹਾ ਸੀਗਾ ਜੀ, ਇਹਨਾਂ ਨੇ ਫਿਰ ਕੀਤਾ ਕਿ ਵੀ ਇੱਕ ਨਾ ਗਰੁੱਪ ਹੈਗਾ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਛਿੱਕਿਆ, ਜਿਵੇਂ ਰਾਧਾ ਸਵਾਮੀ ਹੈਗੇ ਆਪਣੇ ਡੇਰੇ ਵਾਲੇ ਸੋਦੇ ਵਾਲੇ, ਉਹੋ ਜਿਹਾ ਗਰੁੱਪ ਹੈਗਾ ਜਿਹੜਾ ਮੜੀਆਂ ਦੇ ਪ੍ਰਕਾਸ਼ ਕਰਦਾ ਸਿੱਖ ਪੰਚੋਂ ਛਿੱਕਿਆ ਅਕਾਲ ਤਖ਼ਤ ਸਾਹਿਬ ਤੋਂ ਜੀ, ਉਹਨਾਂ ਤੋਂ ਇੱਕ ਐਪਲੀਕੇਸ਼ਨ ਲੈ ਕੇ ਪੁਲਿਸ ਨੇ ਸਿੱਧਾ ਦੇਸ਼ ਨੂੰ ਕੇਸ ਦਰਜ ਕਰਤਾ ਜੀ, ਤੇ ਉਹਦੇ ਨਾਲ ਹੀ NSA ਦੀ ਕਾਰਵਾਈ ਸ਼ੁਰੂ ਕਰਤੀ, ਜਿਹਦਾ ਬੜਾ ਮੁੱਖ ਵਿਰੋਧ ਹੈ, ਵਿਰੋਧ ਹੋਣਾ ਵੀ ਚਾਹੀਦਾ ਸੀਗਾ। ਗੱਲ ਤਾਂ ਸੱਚ ਦੀ ਹੈ ਜੀ ਵੀ ਦੇਸ਼ ਇੱਕ ਗੁਲਦਸਤਾ ਹੈ, ਸਾਰੇ ਫੁੱਲ ਹੈਗੇ ਆ, ਤੁਸੀਂ ਬਾਕੀ ਫੁੱਲ ਕੱਢ ਕੇ ਘੁਮਲਾ ਦੋ ਜਾਂ ਮਸਲ ਦੋ ਤੇ ਇੱਕ ਫੁੱਲ ਕਿਵੇਂ ਪ੍ਰਫੁੱਲਤ ਹੋ ਸਕਦਾ ਹੈ ਜੀ ਜੀ। ਹੁਣ ਤੁਹਾਡੀ ਪੈਰਵਾਈ ਦੇ ਪਿੱਛੇ SGPC ਵੀ, ਮੈਨੂੰ ਲੱਗਦਾ ਉਹਨਾਂ ਨੇ ਵੀ ਕੋਈ ਕਾਰਵਾਈ ਵਿੱਢੀ ਹੈ, ਸ਼ੁਰੂ ਕੀਤੀ ਹੈ। ਮਹਾਰਾਜ ਇਹ ਗੁਰੂ ਕਿਰਪਾ ਹੈ ਵੀ ਕੌਮ ਲਾਮਬੰਦ ਹੋਈ ਹੈ, ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਅਕਾਲੀ ਦਲ ਸਿੱਖ ਜਥੇਬੰਦੀਆਂ ਪਰਮਜੀਤ ਸਿੰਘ ਸਰਨਾ ਸਭ ਨੇ ਬਿਆਨ ਦਿੱਤੇ ਆ ਤੇ ਸਾਰੇ ਇਕਜੁੱਟ ਹੋਏ ਇਸ ਮੁੱਦੇ ਤੇ ਆ ਕੇ। ਮੈਂ ਸਭ ਨੇ ਖੁਸ਼ੀ ਦੀ ਗੱਲ ਵੀ ਚਲੋ ਕਿਸੇ ਮੁੱਦੇ ਤੇ ਕੌਮ ਇਕਜੁੱਟ ਹੋਈ ਆ, ਹੋਣਾ ਚਾਹੀਦਾ ਸੀਗਾ। ਗੱਲ ਕੌਮ ਦੇ ਅਸਤਿਤਵ ਦੀ, ਕੌਮ ਦੇ ਹੋਣ ਦੀ ਗੱਲ ਹੈ, ਕੌਮੀ ਸਵੈਮਾਨ ਦੀ ਗੱਲ ਹੈਗੀ ਆ ਜੀ। ਜੇ ਅੱਜ ਕਿਸੇ ਨੂੰ ਤੁਸੀਂ ਬੀਜੇਪੀ ਦਾ ਵਿਰੋਧ, ਦੇਸ਼ ਦਾ ਵਿਰੋਧ ਥੋੜੀ ਆ ਜੀ, ਬੀਜੇਪੀ ਪਾਰਟੀ ਇੱਕ ਸਿਆਸੀ ਪਾਰਟੀ ਹੈਗੀ ਆ, ਇਹ ਹੁਣ ਕਹਿੰਦੇ ਵੀ ਨਹੀਂ ਬੀਜੇਪੀ ਦੇਸ਼ ਹੈਗਾ, ਬੀਜੇਪੀ ਇੱਕ ਧਰਮ ਹੈਗਾ, ਇਹ ਕਿੱਦਾਂ ਪੋਸੀਬਲ ਹੋ ਸਕਦਾ ਜੀ? ਇਸੇ ਗੱਲ ਦਾ ਵਿਰੋਧ ਆ ਸਾਡੇ ਤੇ ਜੀ ਜੀ ਜੀ। ਤੇ ਹੁਣ ਤੁਸੀਂ ਕੀ ਕਰ ਰਹੇ ਹੋ, ਤੁਹਾਡੇ ਵੱਲੋਂ ਕੀ ਕਾਰਵਾਈ ਜਿਹੜੀ ਆਰੰਭ ਕੀਤੀ ਗਈ ਹੈ, ਤੁਸੀਂ ਕਿੱਦਾਂ ਆਪਣਾ ਆਪਣੇ ਆਪ ਨੂੰ ਡਿਫੈਂਸ ਕਰ ਰਹੇ ਹੋ? ਜਿਹੜਾ ਸਾਡਾ ਸੰਵਿਧਾਨਕ ਹੱਕ ਹੈ ਅਸੀਂ ਉਹਦੀ ਪਾਲਣਾ ਕਰ ਰਹੇ ਹਾਂ। ਦੂਜੀ ਗੱਲ ਰਹੇਗੀ ਪੁਲਿਸ ਦੀ ਗੱਲ, ਨਾ ਭਰਜੇ ਨਾ ਭਰਜਾਂਗੇ, ਪਰ ਇਸ ਗੱਲ ਦੇ ਪ੍ਰਵਾਹ ਨੇ ਤਿਆਰ ਬੈਠੇ, ਮਰਜ਼ੀ ਲੈ ਜਾਣਾ ਕੇ
ਕਿਉਂਕਿ ਗੱਲ ਮੈਂ ਫਿਰ ਕਹਿ ਰਿਹਾ ਕੌਮੀ ਸਵੈਮਾਨ ਦੀ ਗੱਲ ਹੈ। ਜੀ 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 ਅਸੀਂ ਭੱਜ ਕੇ ਗਿੱਧੀ ਨੀ ਬਣਨਾ ਚਾਹੁੰਦੇ। ਭੱਜੀ ਕਿਹੜੀ ਗੱਲੋਂ, ਸਾਨੂੰ ਖੂਬ ਕਿਸ ਗੱਲ ਦਾ? ਜੀ ਉਮਰ ਦੇ ਪੜਾਅ ਤੇ 10-10 ਸਾਲ ਜੇਲ੍ਹ ਕੱਟ ਲਈ ਆ, ਜਿੰਨੀਆਂ ਮਰਦ ਜੇਲ੍ਹਾਂ ਕੱਟੀਆਂ ਸਾਰੇ ਪੰਥਕਾਰ ਦੇ ਵਾਸਤੇ ਕੱਟੀਆਂ। ਇਹ ਤਾਂ ਨੀ ਕੋਈ ਨਿੱਜੀ ਲੜਾਈ ਸੀ, ਕੋਈ ਦੂਜੀ ਲੜਾਈ ਜੇਲ੍ਹ ਕੱਟੀ ਹੈ। ਫਿਰ ਜਦੋਂ ਮੈਂ ਤਾਂ ਅੱਗੇ ਕਹਿੰਦਾ ਵੀ ਜਦੋਂ ਅਸੀਂ ਉਮਰ ਦੇ ਪੜਾਅ, ਉਮਰ ਸੀ ਛੋਟੀ ਉਮਰ ਸੀਗੀ, ਜਦੋਂ ਬੰਦੇ ਦੇ ਬੜੇ ਅਰਮਾਨ ਹੁੰਦੇ ਆ, ਬੜੇ ਸੁਪਨੇ ਹੁੰਦੇ ਆ, ਹਨਾ, ਉਹ ਛੱਡ ਕੇ ਅਸੀਂ ਜੇਲ੍ਹਾਂ ਕੱਟੀਆਂ ਤੇ ਹੁਣ ਉਮਰ ਦੇ ਆਖਰੀ ਪੜਾਅ ਤੇ ਬੈਠੇ ਹਾਂ, ਹੁਣ ਕਿਸ ਗੱਲ ਦਾ ਖੋਫ ਸਾਨੂੰ? ਜੀ ਜੀ ਜੇਲ੍ਹਾਂ ਕੱਟਣੀਆਂ ਮਨਜ਼ੂਰ ਆ, ਪਰ ਬੀਜੇਪੀ ਦੀ ਈਨ ਨੀ ਮੰਨਾਂਗੇ। ਜੀ ਜੀ ਬੀਜੇਪੀ ਨੂੰ ਹੰਕਾਰ, ਬੜਾ ਵੱਡਾ ਹੰਕਾਰ ਹੋਇਆ ਪਿਆ। ਤੁਸੀਂ ਵੇਖਿਆ ਹੋਣਾ ਅਮਿਤ ਸ਼ਾਹ ਦਾ ਬਿਆਨ ਆਇਆ ਸੀਗਾ ਰਵਨੀਤ ਬਿੱਟੂ ਬਾਰੇ, ਜੀ, ਬਿੱਟੂ ਮੇਰਾ ਯਾਰ ਹੈ, 5 ਸਾਲ ਤੋਂ ਯਾਰ ਹੈ, ਮੈਂ ਵਾਅਦਾ ਕਰਦਾ ਬੰਦੀ ਸੇ ਕੋਲ ਨਹੀਂ ਛੋੜੂਗਾ, ਜਦੋਂ ਤੂੰ ਮਾਫ਼ੀ ਨੀ ਮੰਗਦੇ, ਤੇ ਮਾਫ਼ੀ ਤੇਰੇ ਤੋਂ ਮੰਗਣੀ ਹੈ, ਤੇਰੇ ਤੇ ਵਜ਼ੀਰ ਖਾਨ ਫਰਕ ਕੀ ਹੈਗਾ? ਵਜ਼ੀਰ ਖਾਨ ਕਹਿੰਦਾ ਬੱਚਿਆਂ ਨੂੰ ਮਾਫ਼ੀ ਮੰਗ ਲਓ ਛੱਡ ਦਾਂਗੇ, ਤੇ ਤੂੰ ਵੀ ਕਹਿੰਦਾ ਮਾਫ਼ੀ ਮੰਗ ਲਓ। ਗੱਲ ਤਾਂ ਕਾਨੂੰਨ ਦੀ ਹੈ, ਉਹਨੂੰ ਸਕਦੀ ਤੇ ਪੁੱਗਦੇ ਬਾਅਦ ਛੱਡੋ ਉਹਨੂੰ ਆ ਕੇ, ਤੁਸੀਂ ਈਨ ਮਨਾ ਰਹੇ ਹੋ। ਜੀ ਜੀ ਇਹਨਾਂ ਗੱਲਾਂ ਸਾਡਾ ਵਿਰੋਧ ਹੈ। ਜੀ ਜੀ ਠੀਕ ਹੈ, ਧੰਨਵਾਦ ਬਹੁਤ ਬਹੁਤ ਤੇਜਿੰਦਰਪਾਲ ਸਿੰਘ ਟਿੰਮਾ ਜੀ, ਤੁਸੀਂ ਗੱਲ ਕੀਤੀ ਵਨ ਇੰਡੀਆ ਪੰਜਾਬੀ ਦੇ ਨਾਲ। ਆਪਾਂ ਅੱਗੇ ਵੀ ਤੁਹਾਡੇ ਨਾਲ ਰਾਬਤਾ ਜਿਹੜਾ ਉਹ ਕਾਇਮ ਕਰਦੇ ਰਵਾਂਗੇ ਤੇ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਂਗੇ। ਮਿਹਰਬਾਨੀ, ਧੰਨਵਾਦ ਜੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।